ਓਨਟੇਰੀਓ ਦੇ ਐਮ ਪੀ ਪੀ ਆਪਣੀ 5 ਮਹੀਨੇ ਦੀ ਗਰਮੀ ਦੀ ਬ੍ਰੇਕ ਜਾਰੀ ਰੱਖਣਗੇ। ਇਸ ਨਾਲ ਪ੍ਰੋਵਿੰਸ਼ੀਅਲ ਲੈਜਿਸਲੇਸ਼ਨ ਦੀ ਕਾਰਵਾਈ ਅੱਧ ਵਿਚਾਲੇ ਹੀ ਰਹਿ ਜਾਵੇਗੀ। ਸਿਆਸਤਦਾਨਾਂ ਨੇ ਅੱਜ ਕੁਈਨਸ ਪਾਰਕ ਪਰਤਣਾ ਸੀ ਪਰ ਇਸ ਦੀ ਥਾਂ ਉੱਤੇ ਵਿਧਾਨ ਸਭਾ ਖਾਲੀ ਹੀ ਰਹੀ। ਪ੍ਰੋਗਰੈਸਿਵ ਕੰਜ਼ਰਵੇਟਿਵ ਸਰਕਾਰ ਅਗਲੇ ਮਹੀਨੇ ਹੋਣ ਵਾਲੀਆਂ ਫੈਡਰਲ ਚੋਣਾਂ ਦੇ ਨਤੀਜੇ ਤੋਂ ਬਾਅਦ ਹੀ ਪਰਤੇਗੀ। ਐਨ ਡੀ ਪੀ ਐਮ ਪੀ ਪੀ ਮੋਨਿਕ ਟੇਲਰ ਦਾ ਕਹਿਣਾ ਹੈ ਕਿ ਫੋਰਡ ਸਰਕਾਰ ਨੂੰ ਲੱਗਦਾ ਹੈ ਕਿ ਓਨਟੇਰੀਓ ਵਾਸੀਆਂ ਦੇ ਮਸਲੇ ਹੱਲ ਕਰਨ ਦੀ ਥਾਂ ਫੈਡਰਲ ਚੋਣਾਂ ਲਈ ਘਰ ਰਹਿ ਕੇ ਐਂਡਰੂ ਸ਼ੀਅਰ ਦੀ ਮਦਦ ਕਰਨਾ ਜ਼ਿਆਦਾ ਜ਼ਰੂਰੀ ਹੈ। ਉਨ੍ਹਾਂ ਆਖਿਆ ਕਿ ਕਈ ਮੁੱਦੇ ਅਜਿਹੇ ਹਨ ਜਿਨ੍ਹਾਂ ਸਬੰਧੀ ਪ੍ਰੋਵਿੰਸ਼ੀਅਲ ਸਰਕਾਰ ਤੋਂ ਜਵਾਬ ਮੰਗਣੇ ਬਹੁਤ ਜ਼ਰੂਰੀ ਹਨ। ਅਸੀਂ ਸਿੱਖਿਆ ਅਤੇ ਸੇਵਾਵਾਂ ਵਿੱਚ ਕਟੌਤੀਆਂ ਲਈ ਸਰਕਾਰ ਨੂੰ ਕਈ ਸਵਾਲ ਕਰਨੇ ਸਨ ਜੋ ਹੁਣ ਸੰਭਵ ਨਹੀਂ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਮਹੀਨਿਆਂ ਵਿੱਚ ਪ੍ਰੀਮੀਅਰ ਡੱਗ ਫੋਰਡ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ ਵਾਲੇ ਲਿਬਰਲਸ ਦੇ ਨਿਸ਼ਾਨੇ ਉੱਤੇ ਆਉਂਦੇ ਰਹੇ ਹਨ। ਲਿਬਰਲ ਪਾਰਟੀ ਉਹਨਾਂ ਨੂੰ ਫੈਡਰਲ ਕੰਜ਼ਰਵੇਟਿਵ ਆਗੂ ਐਂਡਰੂ ਸ਼ੀਅਰ ਨਾਲ ਜੋੜਨ ਦੀ ਕੋਸ਼ਿਸ਼ ਕਰਦੀ ਰਹੀ ਹੈ, ਪਰ ਸਰਕਾਰ ਦਾ ਕਹਿਣਾ ਕਿ ਇਹਨਾਂ ਛੁੱਟੀਆਂ ਦਾ ਇਹ ਮਤਲਬ ਨਹੀਂ ਹੈ ਕਿ 21 ਅਕਤੂਬਰ ਤੱਕ ਸਰਕਾਰ ਕੋਈ ਕੰਮ ਨਹੀਂ ਕਰੇਗੀ। ਪ੍ਰੀਮੀਅਰ ਅਜੇ ਵੀ ਮੀਟਿੰਗਾਂ ਕਰ ਰਹੇ ਹਨ, ਕਮਿਊਨਿਟੀਜ਼ ਦਾ ਦੌਰਾ ਕਰ ਰਹੇ ਹਨ ਅਤੇ ਪ੍ਰੈਸ ਕਾਨਫਰੰਸ ਕਰ ਰਹੇ ਹਨ। ਇਸ ਤੋਂ ਇਲਾਵਾ ਮੰਤਰੀ ਸਰਕਾਰ ਦੇ ਏਜੰਡੇ ਨੂੰ ਲਾਗੂ ਕਰ ਰਹੇ ਹਨ। ਇੱਥੇ ਦੱਸਣਾ ਬਣਦਾ ਕਿ ਪ੍ਰੋਵਿੰਸ਼ੀਅਲ ਵਿਧਾਨ ਸਭਾ ਜੂਨ ਦੇ ਸ਼ੁਰੂ ਤੋਂ ਹੀ ਬੰਦ ਹੈ ਅਤੇ ਐਮ ਪੀ ਪੀਜ਼ ਦੇ 28 ਅਕਤੂਬਰ ਨੂੰ ਛੁੱਟੀਆਂ ਕੱਟ ਕੇ ਪਰਤਣ ਦੀ ਸੰਭਾਵਨਾ ਹੈ।